ਹਸਪਤਾਲ ਦੇ ਬੈਂਚ 'ਤੇ ਬੈਠੀ, ਹੱਥਾਂ 'ਚ ਛਗਨਾਂ ਵਾਲਾ ਲਾਲ ਚੂੜਾ ਪਾਈ ਅਤੇ ਲੋਕਾਂ ਦੇ ਗਲ ਅਲੱਗ ਅਲੱਗ ਰੋ ਰਹੀ ਇਸ ਕੁੜੀ ਦਾ ਨਾਂ ਨਿਰਪ੍ਰੀਤ ਕੌਰ ਹੈ। ਨਿਰਪ੍ਰੀਤ ਦੇ ਵਿਆਹ ਨੂੰ ਅਜੇ ਕੁਝ ਹੀ ਸਮਾਂ ਹੋਇਆ ਸੀ। ਹੱਥਾਂ 'ਚ ਛਗਨਾਂ ਵਾਲਾ ਚੂੜਾ ਵੀ ਨਹੀਂ ਲੱਥਿਆ ਸੀ ਅਤੇ ਹੱਥਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਹੋਈ ਕਿ ਉਸਦੀ ਨਵੀਂ ਵਸੀ ਦੁਨੀਆ ਇੱਕੋ ਝਟਕੇ 'ਚ ਪਿੰਡ ਦੇ ਫੌਜੀ ਨੇ ਆਪਣੇ ਸਾਥੀਆਂ ਸਮੇਤ ਉਜਾੜ ਕੇ ਰੱਖ ਦਿੱਤੀ। ਅਸਲ 'ਚ ਨਿਰਪ੍ਰੀਤ ਕੌਰ ਦੇ ਪਿਓ, ਜੋ ਤਰਨ ਤਾਰਨ ਦੇ ਪਿੰਡ ਜੰਡ ਦਾ ਵਸਨੀਕ ਹੈ, ਗੁਆਂਢ 'ਚ ਰਹਿੰਦੇ ਫੌਜੀ ਜਰਨੈਲ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ, ਜਿਸ ਉਪਰੰਤ ਰਿਸ਼ਤੇਦਾਰਾਂ ਮੁਤਾਬਕ ਦੁਪਹਿਰ ਵੇਲੇ ਫੌਜੀ ਜਰਨੈਲ ਸਿੰਘ ਨੇ ਕੁੜੀ ਦੇ ਪਿਓ ਦੀ ਕੁੱਟਮਾਰ ਕਰ ਦਿੱਤੀ। ਜਿਵੇਂ ਹੀ ਇਹ ਖਬਰ ਮਾਂ ਨੇ ਆਪਣੀ ਧੀ ਨੂੰ ਦਿੱਤੀ ਤਾਂ ਧੀ ਆਪਣੇ ਪਤੀ ਨਾਲ ਆਪਣੇ ਪਿਓ ਦਾ ਪਤਾ ਲੈਣ ਪਿੰਡ ਆ ਗਈ। ਪਰ ਜਿਸ ਵੇਲੇ ਜਵਾਈ ਅਤੇ ਹੋਰ ਲੋਕ ਘਰ 'ਚ ਬੈਠੇ ਰੋਟੀ ਖਾ ਰਹੇ ਸੀ ਤਾਂ ਮੁੜ ਫੌਜੀ ਜਰਨੈਲ ਸਿੰਘ ਨੇ ਆਪਣੇ 25 ਦੇ ਕਰੀਬ ਸਾਥੀਆਂ ਸਮੇਤ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਨਵੇਂ ਜਵਾਈ ਨੂੰ ਇੰਨਾ ਕੁੱਟਿਆ ਮਾਰਿਆ ਗਿਆ ਕਿ ਉਹ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸਾਰੇ ਦੇ ਮੇਰੀ ਮੰਮੀ ਦੇ, ਮੇਰੀ ਭੈਣ ਦੇ, ਮੇਰੇ ਡੈਡੀ ਦੇ, ਮੇਰੇ ਸਾਰੇ ਜੀ ਉਧਰ ਮ੍ਰਿਤਕ ਦੇ ਮਾਮੇ ਮੁਤਾਬਕ ਜੇਕਰ ਪੁਲਿਸ ਵੇਲੇ ਸਮੇਂ ਸਿਰ ਕਾਰਵਾਈ ਕਰਦੇ ਤਾਂ ਉਸਦੇ ਭਾਣਜੇ ਦੀ ਇਹ ਹਾਲਤ ਨਹੀਂ ਸੀ ਹੋਣੀ। ਇਹ ਸਹੁਰੇ ਇਹਨਾਂ ਦੇ ਕੋਈ ਆਂਢ ਗੁਆਂਢ ਕੋਈ ਫੰਕਸ਼ਨ ਸੀਗਾ ਜੀ। ਫੌਜੀ ਜਿਹੜਾ ਜਰਨੈਲ ਸਿੰਘ ਹੈ, ਚਮਕੌਰ ਸਿੰਘ ਜਿਹੜਾ ਫੌਜੀ ਹੈ, ਉਹਨੇ ਕੋਈ ਮੁੰਡੇ ਦਾ ਧਮਾਲ ਰੱਖਿਆ ਸੀਗਾ ਜੀ, ਅਤੇ ਤਮਾਸ਼ਬੀਰੀ ਕੀਤੀ ਹੈ ਕੋਈ, ਅਤੇ ਇਹਨਾਂ ਇਸ ਪਰਿਵਾਰ ਇਹਦੇ ਕੁੜੀ ਦੇ ਪਰਿਵਾਰ ਨੇ ਰੋਕਿਆ ਵਾ ਤਾਂ ਤੁਸੀਂ ਆਪਦਾ ਤਮਾਸ਼ਬੀਰੀ ਘੱਟ ਕਰੋ। ਇਸੇ ਗੱਲੋਂ ਤਾਂ ਦਾਰੂ ਪੀਤੀ 'ਚ ਉਹਨਾਂ ਨੇ ਖੋਰ ਵਾਈ ਹੈ, ਇਹਦੇ ਪਿਓ ਨੂੰ ਘਰੋਂ ਚੱਕ ਕੇ ਲੈ ਗਏ, ਦਿਨੇ ਜੀ ਚੰਗੀ ਤਰ੍ਹਾਂ ਕੁੱਟਿਆ ਵਾ। ਉਸ ਤੋਂ ਬਾਅਦ ਉਹਨੇ ਚਲੋ ਕੁੜੀਆਂ ਨੇ ਫੋਨ ਕੀਤਾ ਵਾ ਅਤੇ ਉਹਨੇ ਆਪਦੇ ਦੱਸਿਆ ਵੀ ਤੇਰੇ ਕਹਿੰਦੀ ਮੰਮੀ ਨੇ ਕਿ ਤੇਰੇ ਡੈਡੀ ਨੂੰ ਇਸ ਤਰ੍ਹਾਂ ਸੱਟ ਲੱਗੀ ਆ ਵੀ ਲੜਾਈ ਹੋ ਗਈ ਆ। ਇਹ ਸ਼ਾਮ ਨੂੰ ਮੁੰਡਾ ਸਾਡਾ ਸੰਨੀ ਜਿਹੜਾ ਅਤੇ ਇਹਦੀ ਘਰ ਦੀ ਪਤਾ ਲੈਣ ਗਏ ਚਤਾਲੇ ਪਿੰਡ ਤੋਂ ਜੰਡ, ਪਿਓ ਆਪਣੇ ਦਾ ਕਿ ਜ਼ਿਆਦਾ ਸੱਟ ਨਾ ਵੱਜ ਗਈ ਹੋਵੇ। ਅਤੇ ਜਦੋਂ ਪਤਾ ਲੈਣ ਗਏ ਆ ਰੋਟੀਆਂ ਖਾਂਦਿਆਂ ਨੂੰ ਇਹਨਾਂ ਨੇ ਬੰਦਿਆਂ ਨੂੰ 25-30 ਬੰਦੇ ਘੱਟ ਤੋਂ ਘੱਟ ਵੀ ਤੇਜ਼ਦਾਰ ਹਥਿਆਰਾਂ ਨਾਲ ਅਤੇ ਪੱਥਰਾਂ ਨਾਲ ਇੱਟਾਂ ਨਾਲ ਇਹ 25-30 ਬੰਦੇ ਲੈ ਕੇ ਅਤੇ ਇਹਨਾਂ ਦੇ ਹਮਲਾ ਕਰਤਾ ਇੱਕੋ ਦਮ। ਕਿੰਨੇ ਜੀ ਜ਼ਖਮੀ ਹੋਏ? ਇਹਨਾਂ ਦੇ ਇੱਕ ਸੰਨੀ ਜਿਹੜਾ ਸਾਡਾ ਮੁੰਡਾ ਵਾ ਉਹਦੇ ਬਿਲਕੁਲ ਉਹਦੀ ਡੈਥ ਹੋ ਚੁੱਕੀ ਹੈ, ਰਾਤੀ 11:40 ਦੀ ਡੈਥ ਹੋ ਚੁੱਕੀ ਆ। ਅਤੇ ਇਹਦਾ ਸੰਨੀ ਦਾ ਸਹੁਰਾ ਵੀ ਉਹਦੀ ਵੀ ਸਿਰ ਦੀ ਹੱਡੀ ਵੱਢੀ ਗਈ ਆ ਜੀ, ਅਤੇ ਜਿਹੜੀ ਸੰਨੀ ਦੀ ਸੱਸ ਆ ਉਹਦੀ ਵੀ ਸਿਰ ਦੀ ਹੱਡੀ ਵੱਢੀ ਗਈ, ਅਤੇ ਜਿਹੜੀ ਇਹਦੀ ਸੰਨੀ ਦੀ ਸਾਲੀ ਆ ਇਹ ਕੁੜੀ ਦੀ ਭੈਣ ਉਹਦੀ ਨੱਕ ਦੀ ਹੱਡੀ ਅਤੇ ਸਿਰ ਦੀ ਹੱਡੀ ਵੱਢੀ ਗਈ ਆ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ? ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਪਰਚਾ ਵੀ ਦਰਜ ਨਹੀਂ ਕੀਤਾ ਗਿਆ? ਕੁਛ ਪਰਚਾ ਨਹੀਂ ਦਰਜ ਹੋਇਆ ਗਾ, ਕੋਈ ਪ੍ਰਸ਼ਾਸਨ ਵੱਲੋਂ ਨਹੀਂ, ਕੋਈ ਸਾਡੇ ਨਾ ਇਹ ਚਮਕੌਰ ਸਿੰਘ ਵੱਲੋਂ ਕੋਈ ਇੱਥੇ ਬੰਦਾ ਬੋੜਿਆ ਵਾ, ਨਹੀਂ ਤਾਂ ਬੰਦਾ ਕਹਿੰਦਾ ਵੀ ਚਲੋ ਯਾਰ ਮੇਰੇ ਕੋਲ ਹੋ ਗਿਆ ਅਤੇ ਮੈਂ
ਜਾ ਕੇ ਪਿੱਛੇ ਪਤਾ ਕਰਾਂ। ਬਿਲਕੁਲ ਕੋਈ ਨਹੀਂ ਆਇਆ, ਕੋਈ ਪਿੰਡ ਦਾ ਨਹੀਂ ਆਇਆ, ਕੋਈ ਮੰਗ ਕਰਦੇ ਜੀ? ਮੰਗ ਕੀ ਕਰਦੇ? ਅਸੀਂ ਇਹ ਮੰਗ ਕਰਦੇ ਵੀ ਇਸ ਬੰਦੇ ਨੂੰ ਜਿਹੜਾ ਫੌਜੀ ਆ ਚਮਕੌਰ, ਵੱਧ ਤੋਂ ਵੱਧ ਸਾਰੇ ਭਰਾਵਾਂ ਨੂੰ ਸਜ਼ਾ ਦਿੱਤੀ ਜਾਵੇ। ਅਸੀਂ ਸਾਡੀ ਸਰਕਾਰ ਵੱਲੋਂ ਇਹ ਮੰਗ ਹੈ ਕਿ ਪੰਜ ਭਰਾਵਾਂ ਨੇ ਰਲ ਕੇ ਜਿਹੜੇ 20-25 ਬੰਦੇ ਬੁਲਾਏ ਆ, ਇਹਨਾਂ ਸਾਰਿਆਂ ਨੂੰ ਕਿ ਉਹ ਫੌਜੀ ਆ। ਹਾਂਜੀ, ਉਹ ਛੁੱਟੀ 'ਤੇ ਆਇਆ ਵਾ। ਅੱਛਾ, ਡਿਊਟੀ 'ਤੇ? ਹਾਂਜੀ, ਡਿਊਟੀ 'ਤੇ ਆ। ਪਿੰਡ ਜੰਡ ਥਾਣਾ ਸਦਰ ਤਰਨ ਤਾਰਨ ਵਿਖੇ ਜਿਹੜੇ ਮ੍ਰਿਤਕ ਆ ਇਹ ਆਪਦੇ ਸਹੁਰੇ ਘਰ ਮਿਲਣ ਵਾਸਤੇ ਗਿਆ ਸੀਗਾ, ਅਤੇ ਚਮਕੌਰ ਸਿੰਘ ਫੌਜੀ ਵਗੈਰਾ ਨੇ ਹਮ ਬਸਵਰਾ ਮਸੱਲਾ ਹੋ ਕੇ ਇਹਨਾਂ ਦੇ ਸੱਟਾਂ ਮਾਰੀਆਂ ਸੀ, ਜੋ ਇਹ ਸੱਟਾਂ ਲੱਗਣ ਕਾਰਨ ਦਾਖਲ ਹੋਇਆ ਸੀ, ਜਿਹਦੀ ਰਾਤ ਮੌਤ ਹੋ ਗਈ। ਮਾਮਲਾ ਦਰਜ ਹੋ ਗਿਆ ਸਰ, ਮੁਕੱਦਮਾ ਨੰਬਰ 27 ਅਤੇ 307 ਤਹਿਤ ਜੁਰਮ ਮੁਕੱਦਮਾ ਦਰਜ ਕੀਤਾ, ਪਰ ਹੁਣ ਜੁਰਮ ਬਾਅਦ 302 IPC ਦਾ ਹੋ ਚੁੱਕਿਆ। ਇਹ 9 ਜੈਂਟਸ, 2 ਲੇਡੀਜ਼ ਬਾਈ ਨੇਮ ਨੇ, ਬਾਕੀ 15 ਵੀ ਅਣਪਛਾਤੇ ਨੇ। ਨਿਰਪ੍ਰੀਤ ਕੌਰ ਦੀ ਦੁਨੀਆ ਉਜਾੜ ਦੇਣ ਵਾਲਿਆਂ ਨੂੰ ਹੁਣ ਪੁਲਿਸ ਕਦੋਂ ਕਾਬੂ ਕਰਕੇ ਕਾਨੂੰਨ ਤੋਂ ਬਣਦੀ ਸਜ਼ਾ ਦਿਵਾਉਂਦੀ ਹੈ, ਇਹ ਦੇਖਣ ਵਾਲੀ ਗੱਲ ਰਹੇਗੀ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।